ਬਣਿਆ ਨਾਗ ਬਣ ਗਏ ਕਾਨੀ ਪ੍ਰਸ਼ਾਦ ਵੀ ਦੇਣਾ ਹੈ, ਇਹ ਸ਼ਰਧਾ ਭਾਵਨਾ ਹੈ, ਚਾਹ ਵੀ ਪਿਲਾਉਣੀ ਹੈ, ਠੰਡਾ ਵੀ ਪਿਲਾਉਣਾ, ਸ਼ਰਧਾ ਭਾਵਨਾ, ਤਿੰਨ ਚੀਜ਼ਾਂ ਹੁੰਦੀਆਂ ਜ਼ਿੰਦਗੀ ਚ, ਇੱਕ ਰੀਤੀ ਇੱਕ ਕੁਰੀਤੀ, ਹਰ ਚੀਜ਼ ਦੇ ਦੋ ਪੱਖੇ ਨੇ, ਧਰਮ ਅਧਰਮ, ਪਾਪ ਪੁੰਨਿਆ, ਕਰਮ ਕੁਕਰਮ, ਐਸੇ ਰੀਤੀ ਔਰ ਇੱਕ ਕੁਰੀਤੀ। ਅਬ ਰੀਤੀ ਤੋ ਹੈ, ਇਸੇ ਕੁਰੀਤੀ ਨਹੀਂ ਸਮਝ ਸਕਦੇ, ਲੇਕਿਨ ਰੀਤੀ ਵੀ ਤਬ ਹੋਗੀ ਜਬ ਤੀਸਰੀ ਚੀਜ਼ ਬੀਚ ਮੇ ਆਏਗੀ, ਉਹ ਕੌਣ ਸੀ ਹੈ? ਪ੍ਰੀਤੀ। ਰੀਤੀ ਵੀ ਤਬ ਹੋਗੀ ਜਬ ਇਨਸਾਨ ਕੀ ਪ੍ਰੀਤੀ ਠੀਕ ਹੋਗੀ, ਅਗਰ ਪ੍ਰੀਤੀ ਠੀਕ ਨਾ ਹੋ ਤਾਂ ਰੀਤੀ ਨਹੀਂ ਹੋਗੀ, ਫਿਰ ਆਪਣੇ ਆਪ ਕੁਰੀਤੀ ਹੋ ਜਾਏਗੀ। ਗਈ ਮੀਰਾ ਹੋ ਗਈ ਪ੍ਰੇਮ ਦੀਵਾਨੀ, ਟੋਟੇ ਦਾ ਰਗੜਾ ਤਾਰੇ, ਟੋਟੇ ਦਾ ਰਗੜਾ ਤਾਰੇ, ਜਲ ਅੰਦਰ ਲੱਗ ਗਿਆ ਪੀਣ, ਪਰ ਜਦ ਸ਼ੰਕਰ ਦਾ ਘੋਟਾ ਪੀਂਦੇ, ਜਿਹੜਾ ਆਦਮੀ ਭਗਤੀ ਵੱਲ ਨੂੰ ਚਲਿਆ ਜਾਂਦਾ ਹੈ ਉਹ
ਜਿਹੜਾ ਮਨ ਤੇ ਕੰਟਰੋਲ ਹੋ ਜਾਂਦਾ, ਜੇ ਮਨ ਤੇ ਕੰਟਰੋਲ ਹੋ ਗਿਆ ਤਾਂ ਰਾਣਾ ਜੀ ਝੂਠ ਨਹੀਂ ਬੋਲਿਆ। ਜੇ ਝੂਠ ਨਹੀਂ ਬੋਲਿਆ ਜਾਣਿਆ ਦੁਕਾਨਦਾਰੀ ਇੱਥੇ ਸਾਰੇ ਕੰਮ ਕਾਰ ਫੇਲ ਫਿਰ ਕਿੱਦਾਂ ਹੋ। ਏਦਾਂ ਇੱਕ ਸਿੱਧਾ ਜਿਹਾ ਬੰਦਾ ਭਗਵਾਨ ਨਾਲ ਸੁਰਤੀ ਲੱਗੀ, ਘਰ ਵਾਲੀ ਕਹਿੰਦੀ ਇਹ ਮਾਲਾ ਜਿਹੀਆਂ ਫੇਰਦਾ ਤਿੰਨ ਚਾਰ ਹੈ, ਭੁੱਖੇ ਰਹਿੰਦੇ ਰੱਜ ਕੇ ਰੋਟੀ ਨੀ ਕਈ ਦਿਨ ਤੋਂ ਮੇਰੇ ਤੋਂ ਕਮਾ ਕੇ ਲਿਆ। ਉਹ ਲੱਗ ਪਈ ਹੁਣ ਉਹਨੂੰ ਟੈਂਪਰੇਚਰ ਵਧਾਉਣ। ਉਹ ਇੱਕ ਦਿਨ ਦੁਖੀ ਹੋ ਕੇ ਘੁੰਮਦਾ ਜਾਂਦਾ ਘੁੰਮਦਾ ਜਾਂਦਾ, ਰਾਤ ਕਿਤੇ ਦਿਨ ਕਿਤੇ ਰਾਤ ਕਿਤੇ ਦਿਨ ਕਿਤੇ, ਕਿਸੇ ਨੂੰ ਲੱਗਦਾ ਚੋਰ ਹੈ ਮਗਰ ਭੱਜ ਪੈਂਦਾ, ਫੇਰ ਬੰਦ ਜਾਂਦਾ, ਉਹ ਘਰੇ ਨਹੀਂ ਵਰਦਾ।